ਸਰ ਗੱਲ ਨਾ ਕਰੋ, ਤੁਸੀਂ ਯਾਦ ਦੱਸ ਸਕਦੇ ਡੈਥ ਹੋਈ ਉਹਦੀ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ? ਡਾਕਟਰ ਨੂੰ ਇਸ ਧਰਤੀ ਤੇ ਰੱਬ ਦਾ ਦਰਜਾ ਦਿੱਤਾ ਜਾਂਦਾ ਅਤੇ ਜੇ ਕਿਧਰੇ ਕਿਸੇ ਬਿਮਾਰ ਜਾਂ ਕਿਸੇ ਦੁਰਘਟਨਾ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਦਿਖ ਜਾਵੇ ਤਾਂ ਉਸ ਅੰਦਰ ਇੱਕ ਆਸ ਜਾਗਦੀ ਹੈ ਕਿ ਉਹ ਹੁਣ ਬਚ ਜਾਵੇਗਾ। ਅਜਿਹੀ ਇੱਕ ਘਟਨਾ ਵਿੱਚ ਲਾਵਾਰਿਸ ਹੋਣ ਅਤੇ ਕਥਿਤ ਤੌਰ ਤੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਹਿ ਲਓ ਜਾਂ ਸਹੂਲਤਾਂ ਦੀ ਘਾਟ ਦਾ ਖਮਿਆਜ਼ਾ ਇੱਕ ਵਿਅਕਤੀ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ। ਹੋਰ ਤਾਂ ਹੋਰ, ਇਸ ਘਟਨਾ ਦੌਰਾਨ ਇੱਕ ਹੋਰ ਇਨਸਾਨੀਅਤ ਸ਼ਰਮਸਾਰ ਕਰਦੀ ਤਸਵੀਰ ਉਦੋਂ ਸਾਹਮਣੇ ਆਈ ਜਦੋਂ ਹਸਪਤਾਲ ਵਿੱਚ ਮ੍ਰਿਤਕ ਪਏ ਇਸ ਵਿਅਕਤੀ ਨੂੰ ਜਿਉਂਦੇ ਜੀ ਤਾਂ ਛੱਡੋ, ਮਰੇ ਨੂੰ ਵੀ ਇਸ ਠੰਡ ਦੇ ਵਿੱਚ ਕੰਬਲ ਨਸੀਬ ਨਹੀਂ ਹੋਇਆ। ਅਸੀਂ ਗੱਲ ਕਰ ਰਹੇ ਹਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੀ, ਜਿੱਥੇ ਇੱਕ ਲਾਵਾਰਿਸ ਵਿਅਕਤੀ 2 ਦਿਨ ਤੋਂ ਹਸਪਤਾਲ ਵਿੱਚ ਪਏ ਹੋਣ ਦੀ ਸੂਚਨਾ ਇੱਕ ਸਥਾਨਕ ਸਮਾਜ ਸੇਵੀ ਨੌਜਵਾਨ ਨੂੰ ਮਿਲੀ ਤਾਂ ਉਸਨੇ ਤੁਰੰਤ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਲਿਆਂਦਾ, ਜਿਸ ਤੋਂ ਬਾਅਦ ਮੀਡੀਆ ਦੇ ਕੈਮਰੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਪੁੱਜਦੇ ਸਾਰ ਹੀ ਇਸ ਦੀ ਭਿਣਕ ਹਸਪਤਾਲ ਸਟਾਫ ਨੂੰ ਮਿਲਣ ਤੋਂ ਬਾਅਦ ਦਾ ਮੰਜ਼ਰ ਦੇਖਣ ਵਾਲਾ ਸੀ। ਸੱਚਮੁੱਚ ਹਾਈਟੈਕ ਸਹੂਲਤਾਂ ਨਾਲ ਲੈਸ ਦੱਸੇ ਜਾਣ ਵਾਲੇ ਸਿਹਤ ਵਿਭਾਗ ਦੀ ਇਹ ਵੀ ਇੱਕ ਤਸਵੀਰ ਹੈ, ਜਿੱਥੇ ਕੈਮਰੇ ਦੇ ਇਲਾਜ ਸ਼ੁਰੂ ਹੁੰਦਾ ਹੈ ਅਤੇ ਲਾਵਾਰਿਸ ਵਿਅਕਤੀ ਮ੍ਰਿਤਕ ਪਾਏ ਜਾਣ ਤੇ ਉਸਦੀ ਮ੍ਰਿਤਕ ਦੇਹ ਨੂੰ ਕਿਵੇਂ ਬਿਨਾਂ ਢਕੇ ਹੀ ਛੱਡ ਦਿੱਤਾ ਜਾਂਦਾ ਤਾਂ ਇਸ ਦੀ ਤਸਵੀਰਾਂ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈਆਂ ਨੇ। ਖੈਰ, ਤਸਵੀਰਾਂ ਰਾਹੀਂ ਤੁਸੀਂ ਦੇਖੋ ਲਾਪਰਵਾਹੀ ਦੀ ਕਹਾਣੀ ਕੈਮਰੇ ਦੀ ਜ਼ੁਬਾਨੀ। ਇਸ ਤਰ੍ਹਾਂ ਹੈ ਕਿ ਇਸ ਹਸਪਤਾਲ 'ਚ ਜਿਹੜੀ ਇੱਕ ਸਭ ਤੋਂ ਵੱਡੀ ਦਿੱਕਤ ਹੈ ਔਰ ਜਿਹਦੇ ਬਾਰੇ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਸਬ ਡਿਵੀਜ਼ਨਲ ਹਸਪਤਾਲ ਹੈ, ਇੱਥੇ ਇੱਕ ਬਹੁਤ ਵਧੀਆ ਐਂਬੂਲੈਂਸ ਸਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਪੇਸ਼ੈਂਟ, ਕਿਉਂਕਿ ਇਹ ਪੇਸ਼ੈਂਟ ਕੌਂਸ਼ੀਅਸ ਅਨਕੌਂਸ਼ੀਅਸ ਸੈਮੀ ਕੌਂਸ਼ੀਅਸ ਸਟੇਟ 'ਚ ਸੀ, ਇਸ ਪੇਸ਼ੈਂਟ ਨੂੰ ਹਾਇਰ ਸੈਂਟਰਸ 'ਤੇ ਰੈਫਰ ਕਰਨਾ ਬਣਦਾ ਸੀ, ਗੁਰੂ ਨਾਨਕ ਹੋਸਪਿਟਲ ਜਾਂ ਉਸ ਤੋਂ ਵੀ ਅੱਗੇ ਜੇ ਪੋਸੀਬਲ ਆ ਫੋਰ ਸਕੈਨਸ ਇਹ ਪੇਸ਼ੈਂਟ ਰੈਫਰ ਹੋਣਾ ਚਾਹੀਦਾ ਸੀ, ਬਟ ਇੱਕ ਪੇਸ਼ੈਂਟ ਦੇ ਨਾਲ ਅਟੈਂਡੈਂਟ ਕੋਈ ਨਹੀਂ। ਸ਼ੁਰੂਆਤੀ ਦੌਰ 'ਚ 108 ਵਾਲੇ ਕਹਿੰਦੇ ਕੋਈ ਅਕੰਪਨਿੰਗ ਪਰਸਨ ਹੋਣਾ ਚਾਹੀਦਾ, ਉਸ ਟਾਈਮ ਅਸੀਂ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ, ਬਟ ਉਹਨਾਂ ਦੀ ਕੋਈ ਵੀ ਬਾਬਾ ਕੁਛ ਕਹਿੰਦੇ ਵਿਆਸ ਵਾਲੇ ਹੈਗੇ ਉੱਥੇ ਐਂਟਰ ਕਰਨਾ, ਕੁਛ ਕਹਿੰਦੇ ਨਹੀਂ ਇੱਥੇ ਕਰਨਾ, ਆਪਸ 'ਚ ਉਹਨਾਂ ਦੀ ਸਲਾਹ ਨਹੀਂ ਬਣੀ। ਫਿਰ ਬੜੀ ਲੇਟ ਸਲਾਹ ਬਣੀ, ਫਿਰ ਉਹ ਅਕੰਪਨਿੰਗ ਪਰਸਨ ਆਏ, ਉਸ ਟਾਈਮ ਫਿਰ 108 ਨੂੰ ਫੋਨ ਕੀਤਾ ਗਿਆ ਕਿ ਹੁਣ ਪੁਲਿਸ ਵਾਲੇ ਵੀ ਸਾਡੇ ਨਾਲ ਆ ਗਏ ਆ ਫੋਰ ਸਕੈਨਸ, ਇਹਨੂੰ ਅੰਮ੍ਰਿਤਸਰ ਲੈ ਕੇ ਜਾਇਆ ਜਾਵੇ। ਬਟ ਉਹ ਉਹਨਾਂ ਨੇ ਮਤਲਬ 108 ਵਾਲਿਆਂ ਨੇ ਕਹਿੰਦੇ ਕਿ ਇਸ ਟਾਈਮ 'ਤੇ ਗੱਡੀ ਕੋਈ ਅਵੇਲੇਬਲ ਨਹੀਂ। ਸਾਡੀ ਮੈਡੀਕਲ ਆਫੀਸਰ ਲਗਭਗ 2 ਘੰਟੇ ਫੋਨ 'ਤੇ ਟਰਾਈ ਕਰਦੀ ਰਹੀ ਕਿ ਗੱਡੀ ਮਿਲ ਜਾਏ, 108 ਦੀ ਅਵੇਲੇਬਿਲਟੀ ਹੋ ਜਾਏ, ਜੋ ਕਿ ਹੋ ਨਹੀਂ ਪਾਈ। ਉਸ ਤੋਂ ਬਾਅਦ ਜੋ ਪੋਸੀਬਲ ਟਰੀਟਮੈਂਟ, ਜਿੰਨਾ ਕਿ ਇਸ ਫੈਸਿਲਿਟੀ 'ਚ ਪੋਸੀਬਲ ਟਰੀਟਮੈਂਟ ਹੈ ਹੋ ਸਕਦਾ, ਉਹਨਾਂ ਕੀਤਾ ਗਿਆ। ਬਟ ਹੁਣ ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਸੀਰੀਅਸ ਸੀ, ਰਾਧਰ ਉਹ ਪਿਛਲੇ 2 ਦਿਨ ਤੋਂ ਸੀਰੀਅਸ ਹੀ ਚੱਲ ਰਿਹਾ ਸੀ, ਇਸ ਕਰਕੇ ਅੱਜ ਪੇਸ਼ੈਂਟ ਉਹ ਸਵੇਰੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਉਹ ਹੁਣ ਨਹੀਂ ਰਿਹਾ। ਇਸ ਹਸਪਤਾਲ ਦੇ ਵਿੱਚ ਜਿੱਥੋਂ ਤੱਕ ਕੰਬਲ ਹੈ, ਚਾਦਰਾਂ ਹੈ, ਇਨਫਰਾਸਟ੍ਰਕਚਰ ਹੈ, ਉਹਦੀ ਕੋਈ ਕਮੀ ਨਹੀਂ ਹੈਗੀ, ਹਰ ਕਿਸਮ ਦਾ ਸਮਾਨ ਉਪਲਬਧ ਹੈਗਾ। ਸਟਾਫ ਨੂੰ ਠੰਡ ਲੱਗਦੀ ਸੀ ਜਿਹੜਾ ਮਤਲਬ ਜਾਣ ਦਾ ਦਿਲ ਨਹੀਂ ਕੀਤਾ ਇਹਨਾਂ ਨੇ ਦੇਣ ਦਾ, ਕੱਢ ਕੇ ਕਿਤੇ ਨਾ ਕਿਤੇ ਹੈਗਾ ਨਾ ਕਮੀ ਰਹੀ ਆ, ਇਹ ਤਾਂ ਤੁਹਾਨੂੰ ਮੰਨਣਾ ਪਊਗਾ ਮੈਮ ਕਮੀ ਰਹੀ ਆ। ਦੇਖੋ, ਕਮੀ ਤਾਂ ਇਹ ਹੈ ਕਿ ਹੁਣ ਜ਼ਰੂਰ ਇਸ ਕਿਸਮ ਦਾ ਨਾਲ ਵੀ ਚਲੋ ਬੋਡੀ ਹੈਗੀ ਹੈ, ਪੁਲਿਸ ਵਾਲੇ ਇਨਫੋਰਮ ਕੀਤੇ ਗਏ ਹੈ ਕਿਉਂਕਿ ਅਨਨੋਨ ਬੋਡੀ ਹੈਗੀ ਆ, ਉਹਨਾਂ ਨੇ 72 ਆਵਰਸ ਵਾਸਤੇ ਰੱਖਣਾ ਜਾਂ ਕੁਛ ਹੈ, ਕੰਬਲ ਤਾਂ ਹੋਣਾ ਚਾਹੀਦਾ। ਇਸ ਗੱਲ ਨਾਲ ਅਸੀਂ ਤੁਹਾਡੇ ਸਹਿਮਤ ਹੈਗੇ ਹਾਂ ਬਿਲਕੁਲ, ਵੀ ਜਦੋਂ ਤੁਸੀਂ ਆਏ ਤੁਹਾਨੂੰ ਕੰਬਲ ਤੱਕ ਵੀ ਦੇਖਣ ਨੂੰ ਨਹੀਂ ਮਿਲਿਆ, ਤਾਂ ਲੱਗਦਾ ਕਿਸੇ ਨਾ ਕਿਸੇ ਪਾਸੇ ਕਿਸੇ ਨਾ ਕਿਸੇ ਕਿਸਮ ਦੀ ਕੋਈ ਨੈਗਲੀਜੈਂਸ ਹੈ ਸਟਾਫ ਵੱਲੋਂ। ਇਹਦੇ ਬਾਰੇ ਸਟਾਫ ਨੂੰ ਜਿਹੜੀ ਹੈਗੀ ਹੈ ਜਿਹੜੀਆਂ ਉਚਿਤ ਡਾਇਰੈਕਸ਼ਨਸ ਦੇ ਦਿੱਤੀਆਂ ਜਾਣਗੀਆਂ। ਇਹਨੂੰ 108 ਜਿਹੜੀ ਐਂਬੂਲੈਂਸ ਆ ਉਹ ਲੈ ਕੇ ਆਈ ਸੀਗੀ, ਉਹ
ਅਨਕੋਨਸ਼ੀਅਸ ਸਟੇਜ ਵਿੱਚ ਸੀਗਾ ਉਹ ਪੇਸ਼ੈਂਟ ਦਾ, ਉਦੋਂ ਦੀ ਉਹਨਾਂ ਦੀ ਟ੍ਰੀਟਮੈਂਟ ਚੱਲਦੀ ਸੀਗੀ ਉਹ, ਅਤੇ ਅੱਜ ਉਹ ਪੇਸ਼ੈਂਟ ਉਹ ਕਲੈਪਸ ਹੋ ਗਿਆ, ਉਹ ਪੇਸ਼ੈਂਟ ਉਹਦਾ ਕਾਰਡਿਕ ਅਰੈਸਟ ਹੋਣ ਨਾਲ ਉਹਦੀ ਡੈਥ ਹੋ ਗਈ ਉਹਦੀ। ਸਰ 11 ਤਰੀਕ ਨੂੰ ਆਇਆ ਤੇ ਕਿੰਨੇ ਵਜੇ ਆਇਆ? 11 ਤਰੀਕ ਨੂੰ 2:40 ਤੇ। ਤੇ ਸਰ 11 ਤਰੀਕ ਨੂੰ ਜਿਹੜੀ ਕਿੰਨੇ ਵਜੇ ਕੰਪਲੇਂਟ ਕੀਤੀ ਗਈ ਪੁਲਿਸ ਨੂੰ? ਪੁਲਿਸ ਨੂੰ ਤਾਂ ਅਸੀਂ ਉਦਣ ਭੇਜਦੀ ਸੀਗੀ, ਉਦਾਂ ਉਹਨਾਂ ਨੂੰ ਇਨਕੁਆਇਰੀ ਕਰਨ ਵਾਸਤੇ ਭੇਜਦਾ ਸੀਗਾ। ਉਦਣ ਦੀ ਕੰਪਲੇਂਟ ਹੋਈ ਨਹੀਂ, ਕੋਈ ਇਹ ਪੇਸ਼ੈਂਟ ਸਾਡੇ ਕੋਲ ਰਿਕਾਰਡ 'ਚ ਹੈਗਾ, ਸੈਨ ਹੋਏ ਸਾਡੇ ਹੁਣ ਪੁਲਿਸ 'ਤੇ ਅੱਜ ਗਈ ਦੁਬਾਰਾ ਉਹਨਾਂ। ਨਹੀਂ ਕੰਬਲ ਹੈਗਾ ਆ, ਹੁਣ ਥੋੜਾ ਉਹ ਗੰਦਾ ਹੋ ਗਿਆ ਸੀ, ਡਿੱਗ ਪਏ ਥੱਲੇ, ਤਾਂ ਦੁਬਾਰਾ ਕੰਬਲ ਦਿੱਤਾ ਉਹਦੇ ਉੱਪਰ।